ਪੰਜਾਬੀ 뮤직 ਇੰਡਸਟਰੀ ਦਾ ਉਹ ਸਿੰਗਰ ਜਿਸ ਦੇ ਐਕਟਿੰਗ ਦੇ ਜੋਹਰ ਸਾਨੂੰ ਹਾਲ ਹੀ ਚ ਦੇਖਣ ਨੂੰ ਮਿਲੇ ਸਨ ਫਿਲਮ ਕਾਕੇ ਦਾ ਵਿਆਹ ਤੇ ਉਸ ਤੋਂ ਬਾਅਦ ਕਾਲਾ ਸ਼ਾਕਾਲਾ ਦੇ ਵਿੱਚ। ਜੀ ਹਾਂ, ਮੈਂ ਗੱਲ ਕਰ ਰਿਹਾ ਜਾਰਡਨ ਸੰਧੂ ਦੀ। ਜਾਰਡਨ ਸੰਧੂ ਲੈ ਕੇ ਆ ਰਿਹਾ ਆਪਣਾ ਨਵਾਂ ਗਾਣਾ ਜਿਸ ਦਾ ਨਾਮ ਹੈ ਡੂ ਯੂ ਰਿਮੈਂਬਰ। ਜਾਰਡਨ ਸੰਧੂ ਦੇ ਇਸ ਨਵੇਂ ਗਾਣੇ ਦੇ ਵਿੱਚ ਫੀਚਰ ਕਰ ਰਹੇ ਨੇ ਬੰਟੀ ਬੈਂਸ ਤੇ ਨਿੱਕੀ ਕੌਰ ਤੇ ਇਸ ਗਾਣੇ ਦਾ 뮤직 ਕੀਤਾ ਹੈ ਦੇਸੀ ਕਰੂ ਨੇ। ਜਾਰਡਨ ਸੰਧੂ ਨੇ ਆਪਣੇ ਇਸ ਨਵੇਂ ਆਉਣ ਵਾਲੇ ਗਾਣੇ ਦੀ ਇਨਫੋਰਮੇਸ਼ਨ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਇਸ ਗਾਣੇ ਦੇ ਫਰਸਟ ਲੁੱਕ ਨੂੰ ਸ਼ੇਅਰ ਕਰਕੇ ਦਿੱਤੀ ਹੈ, ਜਿਸ ਨੂੰ ਸ਼ੇਅਰ ਕਰਦਿਆਂ ਜਾਰਡਨ ਸੰਧੂ ਲਿਖਦੇ ਹੈ, ਨਵਾਂ ਗਾਣਾ ਪੂਰਾ ਘੈਂਟ ਤੇ ਕੁਝ ਡਿਫਰੈਂਟ ਹੈਸ਼ਟੈਗ ਡੂ ਯੂ ਰਿਮੈਂਬਰ। ਜਾਰਡਨ ਸੰਧੂ ਨੇ ਇਸ ਪੋਸਟਰ ਨੂੰ ਸ਼ੇਅਰ ਕਰਕੇ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ ਜਿਸ ਦੇ ਵਿੱਚ ਜਾਰਡਨ ਸੰਧੂ ਨੇ ਦਿਖਾਇਆ ਕਿ ਕਿਸ ਤਰੀਕੇ ਨਾਲ ਇਸ ਗਾਣੇ ਦਾ ਸ਼ੂਟ ਹੋਇਆ। ਆਓ ਨਜ਼ਰ ਮਾਰੀਏ ਜਾਰਡਨ ਸੰਧੂ ਦੀ ਉਸ ਵੀਡੀਓ ਦੇ ਉੱਤੇ। ਜਾਰਡਨ ਸੰਧੂ ਨੇ ਹਾਲਾਂਕਿ ਆਪਣੇ ਨਵੇਂ ਆਉਣ ਵਾਲੇ ਗਾਣੇ ਦੀ ਕੋਈ ਡੇਟ ਤਾਂ ਰਿਵੀਲ ਨਹੀਂ ਕੀਤੀ, ਬਟ ਕਿਹਾ ਜਾ ਰਿਹਾ ਕਿ ਇਹ ਗਾਣਾ ਬਹੁਤ ਹੀ ਜਲਦ ਦਰਸ਼ਕਾਂ ਦੇ ਸਾਹਮਣੇ ਰੱਖ ਦਿੱਤਾ ਜਾਏਗਾ। ਕਿੰਨੀ ਗੁੜੀ ਕਿ ਤੁਹਾਨੂੰ ਜਾਰਡਨ ਸੰਧੂ ਤੇ ਬੰਟੀ ਬੈਂਸ ਦੇ ਇਸ ਨਵੇਂ ਗਾਣੇ ਡੂ ਯੂ ਰਿਮੈਂਬਰ ਦੀ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸੋ ਨੀਚੇ ਦਿੱਤੇ ਗਏ ਕਮੈਂਟ ਬਾਕਸ ਦੇ ਵਿੱਚ। ਤੇ ਨਵੇਂ ਤੇ ਲੇਟੈਸਟ ਅਪਡੇਟਸ ਦੇ ਲਈ ਤੁਸੀਂ ਜੁੜੇ ਰਹਿਣਾ ਦੈਨਿਕ ਸਵੇਰਾ ਟੀਵੀ ਦੇ ਨਾਲ।